ਹੁਣ ਤੁਹਾਨੂੰ ਦਿਖਾਉਂਦੇ ਨਿਊਟਨਸ ਲਾ। ਨਿਊਟਨਸ ਲਾ ਇੱਕ ਰੋਕਟ ਜਦੋਂ ਅਸੀਂ ਲਾਂਚਿੰਗ ਕਰਦੇ ਹਾਂ ਤਾਂ ਲਾਂਚਿੰਗ ਪੈਡ ਦੇ ਉੱਤੇ ਰੋਕਟ ਨੂੰ ਅਸੀਂ ਰੱਖ ਦਿੰਦੇ ਹਾਂ, ਉਸ ਤੋਂ ਬਾਅਦ ਕੀ ਹੁੰਦਾ ਗੈਸਿਸ ਨਿਕਲਦੀਆਂ, ਗੈਸਿਸ ਥੱਲੇ ਨੂੰ ਪ੍ਰੈਸ਼ਰ ਕਰਦੀਆਂ ਅਤੇ ਰੋਕਟ ਸਾਡਾ ਉੱਪਰ। ਸੋ ਸਟੂਡੈਂਟਸ ਇੱਕ ਹੋਰ ਆਪਾਂ ਐਕਸਪੈਰੀਮੈਂਟ ਕਰਾਂਗੇ। ਤਾਂ ਇਸ ਬੋਟਲ ਦੇ ਵਿੱਚ ਮੈਂ ਕੀ ਲਿਆ, ਪਾਣੀ ਲਿਆ, ਰਾਈਟ। ਤਾਂ ਹੁਣ ਇਸ ਦੇ ਵਿੱਚ ਇਸ ਦਾ ਲਾਂਚਿੰਗ ਪੈਡ ਹੈ, ਇਸ ਨੂੰ ਅਸੀਂ ਰੋਕਟ ਮੰਨਾਂਗੇ। ਔਰ ਆਈ ਐਮ ਯੂਜ਼ਿੰਗ ਦਿਸ ਵਾਲ, ਵਾਲ ਦੇਖਿਆ ਨਾ ਤੁਸੀਂ, ਸਾਈਕਲ ਦੇ ਵਿੱਚ ਜਿਹੜੇ ਟਾਇਰ ਹੈ, ਟਾਇਰ ਦੇ ਵਿੱਚ ਟਿਊਬ ਹੈ, ਟਿਊਬ ਦੇ ਵਿੱਚ ਵਾਲ ਲੱਗਿਆ ਹੁੰਦਾ। ਸੋ ਵਾਲ ਐਕਟ ਐਜ਼ ਐਨ ਵਨ ਵੇ ਟ੍ਰੈਫਿਕ। ਵਨ ਵੇ ਟ੍ਰੈਫਿਕ ਮੀਨਸ ਹਵਾ ਅੰਦਰ ਤਾਂ ਜਾ ਸਕਦੀ ਹੈ ਪਰ ਬਾਹਰ ਨਹੀਂ ਆ ਸਕਦੀ। ਤਾਂ ਇਸ ਨੂੰ ਅਸੀਂ ਯੂਜ਼ ਕਰਾਂਗੇ, ਤਾਂ ਇਸ ਦੇ ਵਿੱਚ ਅਸੀਂ ਵਾਲ ਜਦੋਂ ਲਗਾ ਦਾਂਗੇ ਤਾਂ ਵਟ ਵਿਲ ਹੈਪਨ ਕਿ ਹਵਾ ਹੁਣ ਇਸ ਦੇ ਅੰਦਰ ਜਾ ਸਕਦੀ ਹੈ ਪਰ ਬਾਹਰ ਨਹੀਂ ਆ ਸਕਦੀ। ਤਾਂ ਅੰਦਰ ਹਵਾ ਦਾ ਪ੍ਰੈਸ਼ਰ ਮੇਨਟੇਨ ਹੋ ਜਾਏਗਾ, ਪ੍ਰੈਸ਼ਰ ਮੇਨਟੇਨ ਹੋਣ ਦੇ ਨਾਲ ਉਹ ਪਾਣੀ ਨੂੰ ਧੱਕੇਗੀ, ਪਾਣੀ ਨੀਚੇ ਆਏਗਾ, ਬੋਟਲ ਉੱਪਰ ਜਾਏਗਾ। ਸੋ ਦਿਸ ਇਜ਼ ਨਿਊਟਨਸ ਥਰਡ ਲਾ ਆਫ ਮੋਸ਼ਨ, ਟੂ ਐਵਰੀ ਐਕਸ਼ਨ ਦੇਅਰ ਇਜ਼ ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਤਾਂ ਹੁਣ ਸਾਡਾ ਰੋਕਟ ਹੈ ਜਿਹੜਾ ਲਾਂਚਿੰਗ ਪੈਡ 'ਤੇ ਰੈਡੀ ਹੈ।